ਜਿਹੜੇ ਦਾਅਵਾ ਕਰਦੇ ਸੀ 400 ਤੋਂ ਪਾਰ, ਉਹ ਆਪੇ ਹੀ ਆਪਣੇ ਦਾਅਵੇ ਦੀ ਫੂਕ ਕੱਢਣ ਲੱਗ ਗਏ। ਐਂ ਲੱਗਦਾ ਸੱਤਾ ਤੋਂ ਬਾਹਰ ਜਾ ਰਹੇ ਨੇ। ਤੁਹਾਨੂੰ ਸਿੱਧਾ ਬੀਜੇਪੀ ਦੇ ਐਂਟੀ ਕਿਹਾ ਜਾਂਦਾ, ਇਹ ਟੈਗ ਮਨਜ਼ੂਰ ਹੈ? ਬਿਲਕੁਲ ਨਹੀਂ। ਤੁਸੀਂ ਬੀਜੇਪੀ ਨੂੰ ਹਰਾਉਣ ਵਾਸਤੇ ਇਹ ਸਭ ਕੁਝ ਕਰ ਰਹੇ? ਤੁਹਾਡੀ ਭੂਮਿਕਾ ਸਾਨੂੰ ਸ਼ੱਕੀ ਨਜ਼ਰ ਆਉਂਦੀ ਹੈ। ਤੁਹਾਡਾ ਜਿੰਨੀਆਂ ਜਥੇਬੰਦੀਆਂ ਉਹਨਾਂ ਦੇ ਗੱਠਜੋੜ ਕਿਉਂ ਨਹੀਂ ਜਾ? ਇਲੈਕਸ਼ਨ 'ਚ ਹੁੰਦੇ ਸਰਵਨ ਸਿੰਘ ਭੰਦੇਰ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣ ਸਕਦੇ? ਤਾਂ ਪ੍ਰਧਾਨ ਮੰਤਰੀ ਬਣਾ ਦੇਣ, ਪ੍ਰਧੇਨ ਨੂੰ ਚਾਹੇ ਮੁੱਖ ਮੰਤਰੀ ਬਣਾ ਦੇਣ, ਕਿ ਡਿਸੀਜਨ ਤਾਂ ਵਾਸ਼ਿੰਗਟਨ ਤੋਂ ਹੋ ਰਹੇ ਆ। ਇਹ ਫਿਰ ਤੁਸੀਂ ਪ੍ਰਦਰਸ਼ਨ ਕਿਸ ਦੇ ਖਿਲਾਫ ਕਰ ਰਹੇ ਹੋ? ਫਿਰ ਤੁਸੀਂ ਵਾਸ਼ਿੰਗਟਨ ਜਾਓ ਨਾ, ਉੱਥੇ ਕਰੋ ਪ੍ਰਦਰਸ਼ਨ। ਤੁਹਾਨੂੰ ਪੰਜਾਬ ਦੇ ਲੋਕਾਂ ਦਾ ਸਾਥ ਮਿਲਦਾ? ਬਿਲਕੁਲ। ਤੁਸੀਂ ਉਹਨਾਂ ਵਾਸਤੇ ਰੋਡ ਬਲੌਕ ਕਰ ਦਿੰਦੇ? ਫੰਡ ਲੱਖਾਂ ਕਰੋੜ ਆਏ ਸੀ ਕਿ ਨਹੀਂ? ਜਿਹੜੀ ਤੁਸੀਂ ਗੱਡੀ ਲੈ ਕੇ ਘੁੰਮ ਰਹੇ ਹੋ, ਡੀਜ਼ਲ ਕਿੱਥੋਂ ਪੈ ਰਿਹਾ? ਧਰਨੇ ਵਾਲਾ ਕੋਰਸ ਕਿੱਥੋਂ ਕੀਤਾ? ਤੁਸੀਂ ਸੰਸਕ੍ਰਿਤ ਵੀ ਪੜ੍ਹੀ ਹੈ, ਕੋਈ ਸੰਸਕ੍ਰਿਤ ਦੇ ਸ਼ਬਦ, ਕੋਈ ਸ਼ਲੋਕ ਯਾਦ ਹੈ? ਸੰਸਕ੍ਰਿਤ ਦਾ ਟੀਚਰ ਵੀ ਨਹੀਂ ਯਾਦ ਰਿਹਾ ਹੁੰਦਾ। ਕਿਸਾਨਾਂ ਵਾਲਾ ਟੀਚਰ ਯਾਦ ਹੈ? ਹਾਂ, ਇਹ ਤਾਂ ਹੈ। ਜਿਹੜੇ ਦਾਅਵਾ ਕਰਦੇ ਸੀ 400 ਤੋਂ ਪਾਰ, ਉਹ ਆਪੇ ਹੀ ਆਪਣੇ ਦਾਅਵੇ ਦੀ ਫੂਕ ਕੱਢਣ ਲੱਗ ਗਏ। ਐਂ ਲੱਗਦਾ ਸੱਤਾ ਤੋਂ ਬਾਹਰ ਜਾ ਰਹੇ ਨੇ। ਤੁਹਾਨੂੰ ਸਿੱਧਾ ਬੀਜੇਪੀ ਦੇ ਐਂਟੀ ਕਿਹਾ ਜਾਂਦਾ, ਇਹ ਟੈਗ ਮਨਜ਼ੂਰ ਹੈ? ਬਿਲਕੁਲ ਨਹੀਂ। ਤੁਸੀਂ ਬੀਜੇਪੀ ਨੂੰ ਹਰਾਉਣ ਵਾਸਤੇ ਇਹ ਸਭ ਕੁਝ ਕਰ ਰਹੇ? ਤੁਹਾਡੀ ਭੂਮਿਕਾ ਸਾਨੂੰ ਸ਼ੱਕੀ ਨਜ਼ਰ ਆਉਂਦੀ ਹੈ। ਤੁਹਾਡਾ ਜਿੰਨੀਆਂ ਜਥੇਬੰਦੀਆਂ ਉਹਨਾਂ ਦੇ ਗੱਠਜੋੜ ਕਿਉਂ ਨਹੀਂ ਜਾ? ਇਲੈਕਸ਼ਨ 'ਚ ਹੁੰਦੇ ਸਰਵਨ ਸਿੰਘ ਭੰਦੇਰ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣ ਸਕਦੇ? ਤਾਂ ਪ੍ਰਧਾਨ ਮੰਤਰੀ ਬਣਾ ਦੇਣ, ਪ੍ਰਧੇਨ ਨੂੰ ਚਾਹੇ ਮੁੱਖ ਮੰਤਰੀ ਬਣਾ ਦੇਣ, ਕਿ ਡਿਸੀਜਨ ਤਾਂ ਵਾਸ਼ਿੰਗਟਨ ਤੋਂ ਹੋ ਰਹੇ ਆ। ਇਹ ਫਿਰ ਤੁਸੀਂ ਪ੍ਰਦਰਸ਼ਨ ਕਿਸ ਦੇ ਖਿਲਾਫ ਕਰ ਰਹੇ ਹੋ? ਫਿਰ ਤੁਸੀਂ ਵਾਸ਼ਿੰਗਟਨ ਜਾਓ ਨਾ, ਉੱਥੇ ਕਰੋ ਪ੍ਰਦਰਸ਼ਨ। ਤੁਹਾਨੂੰ ਪੰਜਾਬ ਦੇ ਲੋਕਾਂ ਦਾ ਸਾਥ ਮਿਲਦਾ? ਬਿਲਕੁਲ। ਤੁਸੀਂ ਉਹਨਾਂ ਵਾਸਤੇ ਰੋਡ ਬਲੌਕ ਕਰ ਦਿੰਦੇ? ਫੰਡ ਲੱਖਾਂ ਕਰੋੜ ਆਏ ਸੀ ਕਿ ਨਹੀਂ? ਜਿਹੜੀ ਤੁਸੀਂ ਗੱਡੀ ਲੈ ਕੇ ਘੁੰਮ ਰਹੇ ਹੋ, ਡੀਜ਼ਲ ਕਿੱਥੋਂ ਪੈ ਰਿਹਾ? ਧਰਨੇ ਵਾਲਾ ਕੋਰਸ ਕਿੱਥੋਂ ਕੀਤਾ? ਤੁਸੀਂ ਸੰਸਕ੍ਰਿਤ ਵੀ ਪੜ੍ਹੀ ਹੈ, ਕੋਈ ਸੰਸਕ੍ਰਿਤ ਦੇ ਸ਼ਬਦ, ਕੋਈ ਸ਼ਲੋਕ ਯਾਦ ਹੈ? ਸੰਸਕ੍ਰਿਤ ਦਾ ਟੀਚਰ ਵੀ ਨਹੀਂ ਯਾਦ ਰਿਹਾ ਹੁੰਦਾ। ਕਿਸਾਨਾਂ ਵਾਲਾ ਟੀਚਰ ਯਾਦ ਹੈ? ਹਾਂ, ਇਹ ਤਾਂ ਹੈ। ਜਿਹੜੇ ਦਾਅਵਾ ਕਰਦੇ ਸੀ 400 ਤੋਂ ਪਾਰ, ਉਹ ਆਪੇ ਹੀ ਆਪਣੇ ਦਾਅਵੇ ਦੀ ਫੂਕ ਕੱਢਣ ਲੱਗ ਗਏ। ਐਂ ਲੱਗਦਾ ਸੱਤਾ ਤੋਂ ਬਾਹਰ ਜਾ ਰਹੇ ਨੇ। ਤੁਹਾਨੂੰ ਸਿੱਧਾ ਬੀਜੇਪੀ ਦੇ ਐਂਟੀ ਕਿਹਾ ਜਾਂਦਾ, ਇਹ ਟੈਗ ਮਨਜ਼ੂਰ ਹੈ? ਬਿਲਕੁਲ ਨਹੀਂ। ਤੁਸੀਂ ਬੀਜੇਪੀ ਨੂੰ ਹਰਾਉਣ ਵਾਸਤੇ ਇਹ ਸਭ ਕੁਝ ਕਰ ਰਹੇ? ਤੁਹਾਡੀ ਭੂਮਿਕਾ ਸਾਨੂੰ ਸ਼ੱਕੀ ਨਜ਼ਰ ਆਉਂਦੀ ਹੈ। ਤੁਹਾਡਾ ਜਿੰਨੀਆਂ ਜਥੇਬੰਦੀਆਂ ਉਹਨਾਂ ਦੇ ਗੱਠਜੋੜ ਕਿਉਂ ਨਹੀਂ ਜਾ? ਇਲੈਕਸ਼ਨ 'ਚ ਹੁੰਦੇ ਸਰਵਨ ਸਿੰਘ ਭੰਦੇਰ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣ ਸਕਦੇ? ਤਾਂ ਪ੍ਰਧਾਨ ਮੰਤਰੀ ਬਣਾ ਦੇਣ, ਪ੍ਰਧੇਨ ਨੂੰ ਚਾਹੇ ਮੁੱਖ ਮੰਤਰੀ ਬਣਾ ਦੇਣ, ਕਿ ਡਿਸੀਜਨ ਤਾਂ ਵਾਸ਼ਿੰਗਟਨ ਤੋਂ ਹੋ ਰਹੇ ਆ। ਇਹ ਫਿਰ ਤੁਸੀਂ ਪ੍ਰਦਰਸ਼ਨ ਕਿਸ ਦੇ ਖਿਲਾਫ ਕਰ ਰਹੇ ਹੋ? ਫਿਰ ਤੁਸੀਂ ਵਾਸ਼ਿੰਗਟਨ ਜਾਓ ਨਾ, ਉੱਥੇ ਕਰੋ ਪ੍ਰਦਰਸ਼ਨ। ਤੁਹਾਨੂੰ ਪੰਜਾਬ ਦੇ ਲੋਕਾਂ ਦਾ ਸਾਥ ਮਿਲਦਾ? ਬਿਲਕੁਲ। ਤੁਸੀਂ ਉਹਨਾਂ ਵਾਸਤੇ ਰੋਡ ਬਲੌਕ ਕਰ ਦਿੰਦੇ? ਫੰਡ ਲੱਖਾਂ ਕਰੋੜ ਆਏ ਸੀ ਕਿ ਨਹੀਂ? ਜਿਹੜੀ ਤੁਸੀਂ ਗੱਡੀ ਲੈ ਕੇ ਘੁੰਮ ਰਹੇ ਹੋ, ਡੀਜ਼ਲ ਕਿੱਥੋਂ ਪੈ ਰਿਹਾ? ਧਰਨੇ ਵਾਲਾ ਕੋਰਸ ਕਿੱਥੋਂ ਕੀਤਾ? ਤੁਸੀਂ ਸੰਸਕ੍ਰਿਤ ਵੀ ਪੜ੍ਹੀ ਹੈ, ਕੋਈ ਸੰਸਕ੍ਰਿਤ ਦੇ ਸ਼ਬਦ, ਕੋਈ ਸ਼ਲੋਕ ਯਾਦ ਹੈ? ਸੰਸਕ੍ਰਿਤ ਦਾ ਟੀਚਰ ਵੀ ਨਹੀਂ ਯਾਦ ਰਿਹਾ ਹੁੰਦਾ। ਕਿਸਾਨਾਂ ਵਾਲਾ ਟੀਚਰ ਯਾਦ ਹੈ? ਹਾਂ, ਇਹ ਤਾਂ ਹੈ।